ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਲਾਉਣ ਲੱਗੇ ਹਾਂ ਅਮਰੂਦ ਦੀ ਕਟਿੰਗ। ਅਮਰੂਦ ਜਿਵੇਂ ਇਹਦਾ ਕਲਮ ਤੋਂ ਕਿੱਦਾਂ ਆਪਾਂ ਉਗਾ ਸਕਦੇ ਹਾਂ, ਜਦੋਂ ਉਂਗਲ ਆਉਂਦਾ ਨਾ ਵੀ ਅੱਖਾਂ ਦੀਆਂ ਨਿਕਲੀਆਂ ਹੁੰਦੀਆਂ, ਹੁਣ ਸਾਰੇ ਦੀਆਂ ਟਾਹਣੀਆਂ ਕੱਟਣ ਲੱਗੇ ਆ। ਕੱਟ ਕੇ ਅਤੇ ਫਿਰ ਅਗਲੀ ਪ੍ਰੋਸੈਸ ਕਿੱਦਾਂ ਵਾ ਉਹ ਸਾਰੀ ਤੁਹਾਡੇ ਨਾਲ ਹੀ ਸ਼ੇਅਰ ਕਰਦੇ ਹਾਂ। ਪਹਿਲਾਂ ਇਹਦੀਆਂ 4-5 ਟਾਹਣੀਆਂ ਦੀ ਕਟਿੰਗ ਕਰ ਲੈਂਦੇ ਹਾਂ। ਟਾਹਣੀਆਂ ਦੀ ਉਹੀ ਕਟਿੰਗ ਕਰਨੀ ਜਿਹੜੀਆਂ ਉਂਗਰੀਆਂ ਹੋਣ ਅਤੇ ਜ਼ਿਆਦਾ ਮੋਟੀਆਂ ਨਾ ਹੋਣ ਟਾਹਣੀਆਂ। ਇਹ ਆ ਲਾਲ ਅਮਰੂਦ ਅਤੇ ਇਹਦੇ ਬੂਟੇ ਜੇ ਆਪਾਂ ਤਿਆਰ ਕਰ ਲਵਾਂਗੇ ਤਾਂ ਉਹ ਵੀ ਲਾਲ ਅਮਰੂਦ ਵਾਲੇ ਹੀ ਬਣਨਗੇ। ਜਿੰਨੇ ਵੀ ਪੱਤੇ ਜੇ ਟਾਹਣੀ ਨਾਲ ਹੋਏ ਤਾਂ ਉਹਨਾਂ ਦੀ ਆਪਾਂ ਕਟਿੰਗ ਕਰ ਲੈਣੀ ਹੈ, ਤਾਂ ਕਿ ਜਿਹੜੇ ਉਹਨਾਂ ਦਾ ਜੋ ਵੀ ਜ਼ੋਰ ਆ ਟਾਹਣੀਆਂ ਦਾ ਗਰੋਹ ਹੋਣ 'ਚ ਉਹ ਪੱਤਿਆਂ 'ਤੇ ਨਾ ਲੱਗੇ, ਨਵੀਆਂ ਟਾਹਣੀਆਂ ਬਣ 'ਤੇ ਲੱਗੇ। ਅਤੇ ਇਹ 'ਚ ਪਾ ਲਈ ਆਪਾਂ ਕੋਕੋ ਪੀਟ, ਇਹਦੇ 'ਚ ਟਾਹਣੀਆਂ ਨੂੰ ਆਪਾਂ ਲਗਾ ਦੇਣਾ ਵਾ। ਇੱਕ ਵਾਰ ਨਾ 3-4 ਟਾਹਣੀਆਂ ਲਗਾ ਲੈਣੀਆਂ ਚਾਹੀਦੀਆਂ। ਚਲੋ ਕਿਸੇ ਵੇਲੇ ਹੁੰਦਾ ਕੋਈ 1-2 ਨਾ ਵੀ ਗਰੋਹ ਹੋਊਗੇ ਤਾਂ ਕਮ ਸੇ ਕਮ ਆਪਣੇ 1-2 ਬੂਟੇ ਤਾਂ ਤਿਆਰ ਹੋ ਜਾਣਗੇ ਨਾ। ਇਸ ਤਰ੍ਹਾਂ ਆਪਾਂ ਇਸ ਸੀਜ਼ਨ ਦੇ ਵਿੱਚ ਫਰਵਰੀ ਮਾਰਚ ਦੇ ਸੀਜ਼ਨ ਵਿੱਚ ਜਿਹੜੇ ਆ ਨਾ ਅਲੱਗ ਅਲੱਗ ਤਰ੍ਹਾਂ ਦੀਆਂ ਕਲਮਾਂ ਤੋਂ ਬੂਟੇ ਤਿਆਰ ਕਰ ਸਕਦੇ ਹਾਂ। ਹਾਂਜੀ, ਆਹ ਵੇਖੋ ਉੱਪਰ ਉੱਪਰ ਕਿੰਨੀਆਂ ਸੋਹਣੀਆਂ ਟਾਹਣੀਆਂ ਅੱਖਾਂ। ਹਾਂਜੀ, ਇਹ ਇਹਦੀਆਂ ਨਿਕਲੀਆਂ ਵਾ ਅੱਖਾਂ ਦੀਆਂ। ਆਹ ਉੱਪਰ ਸਗੋਂ ਹੈਗੀਆਂ ਜੇ ਜਿਹੜੀਆਂ ਉਹ ਪਤਲੀਆਂ ਟਾਹਣੀਆਂ ਵਾ, ਕੂਲੀਆਂ ਕੂਲੀਆਂ ਨਾ ਜਲਦੀ ਗਰੋਹ ਹੋਣਗੀਆਂ। ਅਤੇ ਹੁਣ ਆਪਾਂ ਇਹਦੇ 'ਚ ਪਾ ਦੇਣਾ ਪਾਣੀ, ਪ੍ਰੋਪਰ ਇਹਨੂੰ ਗਿੱਲਾ ਕਰ ਲੈਣਾ ਸਾਰਾ, ਜਿਹੜਾ ਨੀਚੇ ਤੱਕ ਪਾਣੀ ਜਿਹੜਾ ਚਲ ਜਾਵੇ। ਸਾਰਾ ਇਹਨੂੰ ਪਾਣੀ ਨਾਲ ਆਪਾਂ ਬਿਲਕੁਲ ਇਹਨੂੰ ਨਮੀ ਦੇ ਦੇਣੀ ਹੈ, ਸਾਰੀ ਜਿੰਨੀ ਵੀ ਕੋਕੋ ਪੀ ਰਿਹਾ ਚੰਗੇ ਤਰੀਕੇ ਨਾਲ ਪਾਣੀ ਇਸ ਤਰ੍ਹਾਂ ਦੇਣਾ ਜਿਹੜੇ ਆਪਾਂ ਹੋਲ ਕੀਤੇ ਆ ਨਾ ਇਹਦੇ ਉਧਰ ਦੀ ਪਾਣੀ ਜਿਹੜਾ ਨਿਕਲ ਜਾਵੇ, ਯਾਨੀ ਕਿ ਪੂਰਾ ਪ੍ਰੋਪਰ ਇਹ 'ਚ ਪਾਣੀ ਭਰ ਜਾਵੇ। ਟਾਹਣੀਆਂ ਹੋਰ ਅਸੀਂ ਕਟਿੰਗ ਕਰਕੇ ਛੋਟੀਆਂ ਕਰਦੀਆਂ, ਕਿਉਂਕਿ ਉੱਪਰ ਨਾ ਇਹਨੂੰ ਹੁਣ ਆਪਾਂ ਕੀ ਕਰਨਾ ਕਿ ਪੋਲੀਥੀਨ ਦੇ ਨਾਲ ਕੋਈ ਵੀ ਟਰਾਂਸਪੇਰੈਂਟ ਪੋਲੀਥੀਨ, ਵੈਸੇ ਤੁਸੀਂ ਕਾਲਾ ਪੋਲੀਥੀਨ ਵੀ ਵਰਤ ਸਕਦੇ, ਪਰ ਜੇ ਇੱਦਾਂ ਦਾ ਹੋਏਗਾ ਤਾਂ ਉੱਥੋਂ ਆਪਾਂ ਨੂੰ ਨਾ ਪਤਾ ਲੱਗਦਾ ਰਹਿੰਦਾ ਕਿ ਟਾਹਣੀਆਂ ਆਪਣੀਆਂ ਗਰੋਹ ਹੋਣ ਡਈਆਂ ਕਿ ਨਹੀਂ। ਇਹਨੂੰ ਚੰਗੇ ਤਰੀਕੇ ਨਾਲ ਉੱਪਰੋਂ ਕਵਰ ਕਰਕੇ ਅਤੇ ਇਸ ਤਰ੍ਹਾਂ ਬੰਨ ਕੇ ਇਹਨੂੰ, ਅਤੇ ਤੁਸੀਂ ਜਿਹੜਾ ਵਾ 15-20 ਦਿਨ ਜਿਹੜਾ ਨਾ ਛਾਂ ਵਾਲੀ ਜਗ੍ਹਾ 'ਤੇ, ਇਹੋ ਜਿਹੀ ਜਗ੍ਹਾ 'ਤੇ ਰੱਖਣਾ ਜਿੱਥੇ ਇਹਨੂੰ ਸੂਰਜ ਦੀ ਰੋਸ਼ਨੀ ਨਾ ਪਵੇ ਇਹਦੇ ਉੱਪਰ। ਅਤੇ 15-20 ਦਿਨ ਬਾਅਦ ਇਹ ਟਾਹਣੀਆਂ ਗਰੋਹ ਹੋ ਜਾਂਦੀਆਂ ਵਾ। ਚਲੋ ਅਸੀਂ ਉਹ ਵੀ ਜਦੋਂ ਪਰਮਾਤਮਾ ਕਰੇ ਗਰੋਹ ਹੋਣ, ਵਾਹਿਗੁਰੂ ਕਰੇ ਤਜ਼ਰਬਾ ਸਫਲ ਰਹੇ, ਅਤੇ ਫਿਰ ਅਸੀਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ। ਪੋਲੀਥੀਨ ਉਹ ਵਾਲਾ ਛੋਟਾ ਸੀ, ਇਸ ਲਈ ਅਸੀਂ ਉਹਨਾਂ ਨਾਲ ਵੱਡਾ ਪੋਲੀਥੀਨ ਲਿਆਂਦਾ ਵਾ। ਇਹਨੂੰ ਅਸੀਂ ਇਸ ਤਰ੍ਹਾਂ ਦੇਖੋ ਧਾਗੇ ਨਾਲ ਬੰਨ੍ਹ ਦੇਣਾ ਵਾ, ਅਤੇ ਅੰਦਰ ਵਾਰ ਕਿਤੇ ਵੀ ਤੁਸੀਂ ਅੰਦਰ ਇਸ ਨੂੰ ਰੱਖ ਸਕਦੇ ਜੇ, ਜਿਹਦੇ ਉੱਪਰ ਇਹਦੇ 'ਤੇ ਮਤਲਬ ਨਾ ਸੂਰ ਦੀ ਰੋਸ਼ਨੀ ਸਿੱਧੀ ਨਹੀਂ ਪੈਣੀ ਚਾਹੀਦੀ। ਅਤੇ 15-20 ਦਿਨ 'ਚ ਇਹ ਟਾਹਣੀਆਂ ਨੇ ਗਰੋਹ ਹੋ ਜਾਣਾ ਵਾ, ਫਿਰ ਅਸੀਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਵੀ ਇਸ ਤਰ੍ਹਾਂ ਜਿਵੇਂ ਗੁਲਾਬ ਹੋ ਗਿਆ, ਆਪਣਾ ਅਮਰੂਦ ਆ, ਜਾਂ ਨਿੰਬੂ ਕਿੰਨੂ ਵਗੈਰਾ ਦੀਆਂ ਇੱਦਾਂ ਕਟਿੰਗ ਕਰ ਲਗਾ ਸਕਦੇ ਜੇ। ਅਤੇ ਤੁਸੀਂ ਇਹ ਮੈਥਡ ਅਗਰ ਵਰਤਣਾ ਚਾਹੁੰਦੇ ਵਰਤਿਓ, ਨਾਲੇ ਆਪਣਾ ਤਜ਼ਰਬਾ ਸ਼ੇਅਰ ਕਰਿਓ ਵੀ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ।